17 ਜੁਲਾਈ ਨੂੰ ਮਯੰਕ 17 ਸਾਲ ਦਾ ਅਚਾਨਕ ਕਰੰਟ ਲੱਗਨ ਕਾਰਨ ਉਹਦੀ ਮੌਤ ਹੋ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਗਵਰਨਰ ਸਾਰੇ ਇਥੇ ਮੌਕੇ ਤੇ ਪਹੁੰਚੇ ਸੀ ਹਾਲਾਂਕਿ ਉਹਨੂੰ ਇਹਦੀ ਫੈਂਸਿੰਗ ਕਰ ਦਿੱਤੀ ਗਈ ਹੈ ਔਰ ਗਵਰਨਰ ਵੱਲੋਂ ਸਾਫ਼ ਤੌਰ ਤੇ ਆਰਡਰ ਵੀ ਦਿੱਤੇ ਗਏ ਨੇ ਕਿ 10 ਦਿਨ ਦੇ ਅੰਦਰ ਅੰਦਰ ਇਹਦੀ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਵੇ ਨਾਲ ਦੇ ਨਾਲ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਦੋ ਅਧਿਕਾਰੀਆਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਮਯੰਕ ਦੀ ਇਹ ਜਿਮ ਤੋਂ ਆ ਰਿਹਾ ਸੀ ਕਰੀਬ 7:30 ਵਜੇ ਉਹਨੇ ਜਦ ਉਥੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਸ਼ਾਰਟਕਟ ਦੇ ਚੱਕਰ ਦੇ ਵਿੱਚ ਤੇ ਅਚਾਨਕ ਇਸ ਖੰਭੇ ਦੇ ਵਿੱਚ ਜਿਹੜਾ ਪੋਲ ਹੈ ਇਹਦੇ ਬਿਲਕੁਲ ਥੱਲੇ ਵਾਇਰਿੰਗ ਹੋ ਰੱਖੀ ਟਰਾਂਸਫਾਰਮਰ ਦੇ ਥੱਲੇ ਉਹਦਾ ਹੱਥ ਲੱਗ ਗਿਆ ਤੇ ਨਾਲ ਦੇ ਨਾਲ ਹੀ ਕਰੰਟ ਲੱਗਣ ਕਾਰਨ ਉਹਦੀ ਮੌਤ ਹੋ ਚੁੱਕੀ ਸੀ ਹਾਲਾਂਕਿ ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾਇਆ ਗਿਆ ਲੇਕਿਨ ਅਨਫੋਰਚੂਨੇਟ ਮੈਂਗ ਦੀ ਮੌਤ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਕਾਫੀ ਜਿਹੜੀ ਹੈਗੀ ਇਹ ਰਿਸਪੌਂਸਿਬਿਲਟੀ ਕੇਸ ਦੀ ਬੰਦੀ ਹੈ ਕਾਫੀ ਚੀਜ਼ਾਂ ਨੂੰ ਲੈ ਕੇ ਗਵਰਨਰ ਪੰਜਾਬ ਚੰਡੀਗੜ੍ਹ ਦੇ ਪ੍ਰਸ਼ਾਸਕ ਖੁਦ ਇੱਥੇ ਮੌਕੇ ਤੇ ਪਹੁੰਚੇ ਸੀ ਅਧਿਕਾਰੀ ਇੱਥੇ ਮੌਕੇ ਤੇ ਪਹੁੰਚੇ ਸੀ ਪੂਰਾ ਜਾਇਜ਼ਾ ਲੇਤਾ ਗਿਆ ਹਾਲਾਂਕਿ ਹੁਣ ਇਹਦੀ ਫੈਂਸਿੰਗ ਕਰ ਦਿੱਤੀ ਗਈ ਹੈ ਔਰ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਪੋਲਸ ਨੇ ਟਰਾਂਸਫਾਰਮਰਸ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਵਾਇਰਿੰਗ ਹੈ ਉਹਨਾਂ ਤੇ ਪੂਰੀ ਫੈਂਸਿੰਗ ਕੀਤੀ ਜਾਵੇ ਹਾਲਾਂਕਿ ਹੁਣ ਜਲਦੀ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਪੋਲ ਨੇ ਉਹਨਾਂ ਦੀ ਸਾਰੀ ਫੈਂਸਿੰਗ ਕੀਤੀ ਜਾਊਗੀ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਇਗਨੋਰੈਂਸ ਨਾ ਹੋਵੇ ਉਹਦੇ ਮੱਦੇ ਨਜ਼ਰ ਵੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ لال ਪ੍ਰੋਹਿਤ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਹੁਣ 10 ਦਿਨ ਦੇ ਅੰਦਰ ਅੰਦਰ ਇਹਦੀ ਰਿਪੋਰਟ ਦੇਣ ਦੇ ਵਾਸਤੇ ਕਿਹਾ ਗਿਆ ਹੈ ਦੇ ਨਾਲ ਨਾਲ ਇੱਥੇ ਹਾਲਾਂਕਿ ਇਹ ਕਾਫੀ ਵੱਡਾ ਹਾਦਸਾ ਹੋਇਆ ਸੀਗਾ ਇਸ ਕਰਕੇ ਇੱਥੇ ਗਾਰਡ ਵੀ ਲਗਾਈ ਗਈ ਹੈ ਸਿਕਿਉਰਿਟੀ ਇੱਥੇ ਫਿਲਹਾਲ ਲਾਈ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਅੰਗੇਲੀ ਨਾ ਹੋਵੇ ਕਿਸੇ ਤਰ੍ਹਾਂ ਦਾ ਹੋਰ ਕੋਈ ਸ਼ਾਰਟਕਟ ਜਿਹੜਾ ਹੈ ਉਹ ਨਾ ਅਪਣਾਵੇ ਕਿਉਂਕਿ ਇਹ ਪੂਰਾ ਹਾਲਾਂਕਿ ਫੈਂਸਿੰਗ ਵੀ ਕੀਤੀ ਹੋਈ ਹੈ ਦੇ ਨਾਲ-ਨਾਲ ਹੋਰ ਵੀ ਸੈਕਟਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਪੋਲ ਨੇ ਉੱਥੇ ਵੀ ਹੁਣ ਫੈਂਸਿੰਗ ਕਰਨ ਦਾ ਕੰਮ ਹੈ ਉਹ ਸ਼ੁਰੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਦੋ ਇਹਦੇ ਵਿੱਚ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਔਰ ਰਿਪੋਰਟ ਮੰਗੀ ਗਈ ਹੈ ਆਖਿਰ ਰਿਸਪੌਂਸਿਬਿਲਟੀ ਕਿਸ ਦੀ ਬਣਦੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਹੁਣ ਮਾਮਲਾ ਵੀ ਦਰਜ ਹੋ ਚੁੱਕਿਆ ਹੈ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਹੋਇਆ ਅਨੋਨ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਔਰ ਪੁਲਿਸ ਹੁਣ ਇਹਦੀ ਪੂਰੀ ਇਨਵੈਸਟੀਗੇਸ਼ਨ ਕਰਨ ਲੱਗ ਗਈ ਹੈ ਕਿ ਆਖਿਰ ਕਿਸ ਤਰ੍ਹਾਂ ਦੀ ਸਰਕਮਸਟੈਂਸਿਸ ਹੈਗੀ ਗਲਤੀ ਕਿਸ ਦੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਚੁੱਕੀ ਹੈ 17 ਜੁਲਾਈ ਨੂੰ ਮਿਆਂਕ 17 ਸਾਲ ਦਾ ਅਚਾਨਕ ਕਰੰਟ ਲੱਗਣ ਕਾਰਨ ਉਹਦੀ ਮੌਤ ਹੋ ਗਈ ਸੀ ਹਾਲਾਂਕਿ ਉਸ ਤੋਂ ਬਾਅਦ ਸੀਨੀਅਰ ਅਧਿਕਾਰੀ ਗਵਰਨਰ ਸਾਰੇ ਇਥੇ ਮੌਕੇ ਤੇ ਪਹੁੰਚੇ ਸੀ ਹਾਲਾਂਕਿ ਉਹਨੂੰ ਇਹਦੀ ਫੈਂਸਿੰਗ ਕਰ ਦਿੱਤੀ ਗਈ ਹੈ ਔਰ ਗਵਰਨਰ ਵੱਲੋਂ ਸਾਫ਼ ਤੌਰ ਤੇ ਆਰਡਰ ਵੀ ਦਿੱਤੇ ਗਏ ਨੇ ਕਿ 10 ਦਿਨ ਦੇ ਅੰਦਰ ਅੰਦਰ ਇਹਦੀ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਵੇ ਨਾਲ ਦੇ ਨਾਲ ਇਲੈਕਟ੍ਰਿਸਿਟੀ ਡਿਪਾਰਟਮੈਂਟ ਦੇ ਦੋ ਅਧਿਕਾਰੀਆਂ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਮਯੰਕ ਦੀ ਇਹ ਜਿੰਮ ਤੋਂ ਆ ਰਹੀ ਸੀ ਕਰੀਬ 7:30 ਵਜੇ ਉਹਨੇ ਜਦ ਉਥੋਂ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਸ਼ਾਰਟਕਟ ਦੇ ਚੱਕਰ ਦੇ ਵਿੱਚ ਤੇ ਅਚਾਨਕ ਇਸ ਖੰਬੇ ਦੇ ਵਿੱਚ ਜਿਹੜਾ ਪੋਲ ਹੈ ਇਹਦੇ ਬਿਲਕੁਲ ਥੱਲੇ ਵਾਇਰਿੰਗ ਹੋ ਰੱਖੀ ਹੈ ਟਰਾਂਸਫਾਰਮਰ ਦੇ ਥੱਲੇ ਉਹਦਾ ਹੱਥ ਲੱਗ ਗਿਆ ਤੇ ਨਾਲ ਦੇ ਨਾਲ ਹੀ ਕਰੰਟ ਲੱਗਣ ਕਾਰਨ ਉਹਦੀ ਮੌਤ ਹੋ ਚੁੱਕੀ ਸੀ ਹਾਲਾਂਕਿ ਉਸ ਤੋਂ ਬਾਅਦ ਹਸਪਤਾਲ ਲੈ ਕੇ ਜਾਇਆ ਗਿਆ ਲੇਕਿਨ ਅਨਫੋਰਚੂਨੇਟ ਮੈਂਕ ਦੀ ਮੌਤ ਹੋ ਚੁੱਕੀ ਹੈ ਔਰ ਉਸ ਤੋਂ ਬਾਅਦ ਕਾਫੀ ਜਿਹੜੀ ਹੈਗੀ ਇਹ ਰਿਸਪੌਂਸਿਬਿਲਟੀ ਕੇਸ ਦੇ ਬੰਦੀ ਹੈ ਕਾਫੀ ਚੀਜ਼ਾਂ ਨੂੰ ਲੈ ਕੇ ਗਵਰਨਰ ਪੰਜਾਬ ਚੰਡੀਗੜ੍ਹ ਦੇ ਪ੍ਰਸ਼ਾਸਕ ਖੁਦ ਇੱਥੇ ਮੌਕੇ ਤੇ ਪਹੁੰਚੇ ਸੀ ਅਧਿਕਾਰੀ ਇੱਥੇ ਮੌਕੇ ਤੇ ਪਹੁੰਚੇ ਸੀ ਪੂਰਾ ਜਾਇਜ਼ਾ ਲੇਤਾ ਗਿਆ ਹਾਲਾਂਕਿ ਹੁਣ ਇਹਦੀ ਫੈਂਸਿੰਗ ਕਰ ਦਿੱਤੀ ਗਈ ਹੈ ਔਰ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੇ ਜਿੰਨੇ ਵੀ ਪੋਲਸ ਨੇ ਟਰਾਂਸਫਾਰਮਰਸ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਵਾਇਰਿੰਗ ਹੈ ਉਹਨਾਂ ਤੇ ਪੂਰੀ ਫੈਂਸਿੰਗ ਕੀਤੀ ਜਾਵੇ ਹਾਲਾਂਕਿ ਹੁਣ ਜਲਦੀ ਚੰਡੀਗੜ੍ਹ ਦੇ ਵਿੱਚ ਜਿਸ ਤਰ੍ਹਾਂ ਦੇ ਪੋਲ ਨੇ ਉਹਨਾਂ ਦੀ ਸਾਰੀ ਫੈਂਸਿੰਗ ਕੀਤੀ ਜਾਊਗੀ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਇਗਨੋਰੈਂਸ ਨਾ ਹੋਵੇ ਉਹਦੇ ਮੱਦੇ ਨਜ਼ਰ ਵੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਹੁਣ 10 ਦਿਨ ਦੇ ਅੰਦਰ ਅੰਦਰ ਇਹਦੀ ਰਿਪੋਰਟ ਦੇਣ ਦੇ ਵਾਸਤੇ ਕਿਹਾ ਗਿਆ ਹੈ ਦੇ ਨਾਲ-ਨਾਲ ਇੱਥੇ ਹਾਲਾਂਕਿ ਇਹ ਕਾਫੀ ਵੱਡਾ ਹਾਦਸਾ ਹੋਇਆ ਸੀਗਾ ਇਸ ਕਰਕੇ ਇੱਥੇ ਗਾਰਡ ਵੀ ਲਗਾਈ ਗਈ ਹੈ ਸਿਕਿਉਰਿਟੀ ਇੱਥੇ ਫਿਲਹਾਲ ਲਾਈ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਹੋਰ ਕੋਈ ਅੰਗੇਲੀ ਨਾ ਹੋਵੇ ਕਿਸੇ ਤਰ੍ਹਾਂ ਦਾ ਹੋਰ ਕੋਈ ਸ਼ਾਰਟਕਟ ਜਿਹੜਾ ਹੈ ਉਹ ਨਾ ਅਪਣਾਵੇ ਕਿਉਂਕਿ ਇਹ ਪੂਰਾ ਹਾਲਾਂਕਿ ਫੈਂਸਿੰਗ ਵੀ ਕੀਤੀ ਹੋਈ ਹੈ ਦੇ ਨਾਲ-ਨਾਲ ਹੋਰ ਵੀ ਸੈਕਟਰਾਂ ਦੇ ਵਿੱਚ ਜਿਸ ਤਰ੍ਹਾਂ ਦੇ ਪੋਲ ਨੇ ਉੱਥੇ ਵੀ ਹੁਣ ਫੈਂਸਿੰਗ ਕਰਨ ਦਾ ਕੰਮ ਹੈ ਉਹ ਸ਼ੁਰੂ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਦੋ ਇਹਦੇ ਵਿੱਚ ਅਧਿਕਾਰੀ ਸਸਪੈਂਡ ਕੀਤੇ ਗਏ ਨੇ اور رپورٹ ਮੰਗੀ ਗਈ ਹੈ ਆਖਿਰ ਰਿਸਪੌਂਸਿਬਿਲਟੀ ਕਿਸ ਦੀ ਬੰਦੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹਾਲਾਂਕਿ ਹੁਣ ਮਾਮਲਾ ਵੀ ਦਰਜ ਹੋ ਚੁੱਕਿਆ ਹੈ ਚੰਡੀਗੜ੍ਹ ਦੇ ਸੈਕਟਰ 3 ਪੁਲਿਸ ਸਟੇਸ਼ਨ ਦੇ ਵਿੱਚ ਮਾਮਲਾ ਦਰਜ ਹੋਇਆ ਅਨਨੋਨ ਦੇ ਖਿਲਾਫ ਇਹ ਮਾਮਲਾ ਦਰਜ ਹੋਇਆ ਔਰ ਪੁਲਿਸ ਹੁਣ ਇਹਦੀ ਪੂਰੀ ਇਨਵੈਸਟੀਗੇਸ਼ਨ ਕਰਨ ਲੱਗ ਗਈ ਹੈ ਕਿ ਆਖਿਰ ਕਿਸ ਤਰ੍ਹਾਂ ਦੀ ਸਰਕਮਸਟੈਂਸੀਸ ਹੈਗੀ ਗਲਤੀ ਕਿਸ ਦੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਹਦੇ ਵਿੱਚ ਇਨਵੈਸਟੀਗੇਸ਼ਨ ਕਰ ਚੁੱਕੀ ਹੈ